ਸ਼ੀਤ ਲਹਿਰ ਨੇ ਪੂਰੇ ਪੰਜਾਬ ਨੂੰ ਠਾਰਿਆ ਹੋਇਆ ਤਾਂ ਉਹਨੂੰ ਦੱਸਦੀ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਰਦੀ ਆ ਜਿਹੜੀ ਠੰਡ ਆ ਆਪਣੇ ਉਫਾਨ ਦੇ ਉੱਪਰ ਚੱਲ ਰਹੀ ਆ ਸਵੇਰ ਦੇ ਵਕਤ ਪਾਰਾ ਬਿਲਕੁਲ ਗਿਰ ਜਾਂਦਾ ਤੇ ਠੰਡ ਤੋਂ ਬਚਣ ਦੇ ਲਈ ਜਿਹੜੇ ਲੋਕ ਨੇ ਅਲੱਗ-ਅਲੱਗ ਤਰੀਕੇ ਅਪਣਾਉਂਦੇ ਨੇ ਇਸ ਵਕਤ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਲੋਕ ਨੇ ਇਸ ਇੱਕ ਜਗ੍ਹਾ ਦੇ ਉੱਪਰ ਇਕੱਠੇ ਹੋ ਕੇ ਜਿਹੜੀ ਧੂਣੀਆਂ ਧੂਣੀ ਬਾਲੀ ਹੋਈ ਆ ਤੇ ਠੰਡ ਤੋਂ ਜਿਹੜੀ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਸਾਫ਼ ਤੌਰ ਤੇ ਜਿਹੜਾ ਦੱਸਿਆ ਗਿਆ ਕਿ 50 ਸਾਲ ਬਾਅਦ ਅੱ ਇਸ ਤਰੀਕੇ ਦੇ ਜਿਹੜੇ ਹਾਲਾਤ ਨੇ ਪਹਿਲੀ ਵਾਰ ਬਣੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਕੰਮਕਾਰ ਕਰਨ ਚ ਕਿੰਨੀਆਂ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਨੇ ਕਿਸ ਤਰੀਕੇ ਨਾਲ ਜਿਹੜਾ ਹੈਗਾ ਠੰਡ ਤੋਂ ਬਚਣ ਦੇ ਅਲੱਗ-ਅਲੱਗ ਤਰੀਕੇ ਅਪਣਾਏ ਜਾਂਦੇ ਨੇ ਕੀ ਨਾਮ ਆ ਬਾਈ ਤੁਹਾਡਾ ਜੀ ਨਰਿੰਦਰ ਕੁਮਾਰ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਹਾਲਾਤ ਕਿਵੇਂ ਬਣੇ ਹੋਏ ਨੇ ਠੰਡ ਬਹੁਤ ਜ਼ਿਆਦਾ ਵਧੀ ਪਈ ਆ ਤੇ ਤੁਸੀਂ ਧੂਣੀ ਵਾਲ ਕੇ ਹੱਥ ਸੇਕ ਰਹੇ ਹੋ ਹਾਲਾਤ ਜੀ ਇੰਨੇ ਠੰਡਾ ਹੈ ਬਗੈਰ ਕੱਪੜੇ ਪੰਜ-ਪੰਜ 7-7 ਪਾ ਕੇ ਤਾਂ ਉਹਦਾ ਗਾਣਾ ਬਾਹਰ ਜਾਂਦੇ ਆ ਖੇਤ ਬੰਨੇ ਤਾਂ ਹਫਤਾ ਹੋ ਗਿਆ ਗਈ ਨਹੀਂ ਉਹਦਾ ਗਾਣਾ ਫਸਾਵੇ ਉਹ ਸਾਡੀ ਨੁਕਸਾਨੀ ਜਾ ਰਹੀ ਹੈ ਕਣਕ ਹੈ ਇਕੱਲੀ ਕਣਕ ਨੂੰ ਫਾਇਦਾ ਬਾਕੀ ਸਾਰਿਆਂ ਫਸਲਾਂ ਨੂੰ ਨੁਕਸਾਨ ਹੈ ਉਹ ਵੀ ਹੱਦੋਂ ਵੱਧ ਕੋਰਾ ਜਿਹੜਾ ਮਾਰ ਰਿਹਾ ਹੈ ਬੰਦਿਆਂ ਨੂੰ ਵੀ ਮਾਰ ਰਿਹਾ ਹੈ ਤੇ ਫਸਲਾਂ ਨੂੰ ਵੀ ਨੁਕਸਾਨ ਕਰ ਰਿਹਾ ਹੈ ਬਿਨਾ ਅੰਦਰੋਂ ਜੇ ਨਿਕਕਦੇ ਹੱਥ ਪੈ ਠਰਦੇ ਨੇ ਧੂਣੀ ਲਾ ਕੇ ਹੁਣ ਸੇਕ ਕੇ ਤਾਂ ਮਾੜਾ ਮੋਟਾ ਰੰਗਰ ਬੱਚੇ ਦਾ ਬਾਹਰ ਅੰਦਰ ਜਾਵਾਂਗੇ ਕੰਮਕਾਰ ਕਰਾਂਗੇ ਬਗੈਰ ਜਦ ਤੱਕ ਚੰਗੇ ਕੱਪੜੇ ਨਹੀਂ ਲਪੇਟਦੇ ਕੋਈ ਬਾਹਰ ਨਹੀਂ ਨਿਕਲ ਸਕਦਾ ਮੂੰਹ ਸਿਰ ਬਿਨਾ ਬਨੇ ਜਾਂਦੇ ਆ ਤਾਂ ਫਿਰ ਜ ਕਾਮ ਹੁੰਦਾ ਠੰਡ ਲੱਗਦੀ ਐ ਸਰਦੀ ਦੇ ਕੋਈ ਤਰੀਕੇ ਅਪਣਾਏ ਜਾਂਦਾ ਤੁਹਾਡੇ ਕੀ ਨਾਮ ਆ ਜੀ ਮੇਰਾ ਨਾਮ ਸਾਧੂ ਸਿੰਘ ਆ ਜੀ ਕਿਵੇਂ ਦੇਖਦੇ ਹੋ ਸਰਦੀ ਬਹੁਤ ਆ ਧੂਣੀ ਬਾਲ ਕੇ ਤੁਸੀਂ ਕਿਤਨਾ ਕਿਤੇ ਬੈਠੇ ਹੋ ਬਚਾਅ ਦੇ ਕੀ ਤਰੀਕੇ ਦੱਸੋਗੇ ਹੁਣ ਬਾਈ 70 ਸਾਲ ਦੀ ਉਮਰ ਹੋ ਗਈ ਅੱਜ ਤੱਕ ਤਾਂ ਠੰਡੇ ਨਹੀਂ ਦੇਖੀ ਜੰਨੀ ਹੁਣ ਪੈ ਰਹੀ ਐ ਉੱਠਦੇ ਹੀ ਬਹੁਤ ਲੇਟ ਆ ਬਾਈ ਉਹ ਵੀ ਪੰਜ ਪੰਜ ਚਾਰ ਚਾਰ ਕੱਪੜੇ ਪਾ ਕੇ ਬਾਕੀ ਜਦੋਂ ਘਰੇ ਬੈਠਾ ਦਾ ਜੀ ਅੱਕ ਜਾਂਦਾ ਇੱਥੇ ਖੁੰਡਾ ਤੇ ਆ ਜਨਾ ਇਕੱਠੇ ਹੋ ਕੇ ਲੋਕ ਟੋਕੜਾ ਟੋਕੜਾ ਪਾਚੇ ਜਾਂਦਾ ਸੱਟਿਆ ਸ਼ੀਕ ਸੂਕ ਕੇ ਟਾਈਮ ਕੱਢ ਰਿਹਾ ਬਹੁਤ ਲੋੜੀ ਵੇਲੇ ਧੂਣੀਆਂ ਲੱਗਦੇ ਨੇ ਪਹਿਲੇ ਧੂਣੀਆਂ ਲਾਉਣੀਆਂ ਪੈ ਗਈਆਂ ਇਸ ਵਾਰੀ ਇਹ ਇਹ ਤਾਂ ਮਸ਼ਹੂਰੀ ਬਣ ਗਈ ਬਾਈ ਬਹੁਤ ਜ਼ਿਆਦਾ ਠੰਡ ਹੈ ਜੇ ਬੜਾ ਮੋਟਾ ਬਾਹਰ ਨਿਕਲਦਾ ਠੰਡ ਦੀ ਮਾਰ ਬੁਖਾਰ ਆ ਰਿਹਾ ਘਰ ਘਰ ਬੰਦੇ ਮਰੀਜ਼ ਪਏ ਨੇ ਬਹੁਤ ਔਖਾ ਠੰਡ ਦਾ ਆ ਇਸ ਕੀ ਜਨੀ ਤਾਂ ਠੰਡ ਕਦੇ ਦੇਖੀ ਨਹੀਂ ਐਡੀ ਉਮਰ ਚ ਪਰ ਬਿਲਕੁਲ ਕਿਸਾਨ ਬੈਠੇ ਨੇ ਸਰ ਤੁਸੀਂ ਸਬਜ਼ੀਆਂ ਭਾਜੀਆਂ ਵੇਚਦੇ ਹੋ ਨਾਮ ਕੀ ਤੁਹਾਡਾ ਜੀ ਮਨਮਾਰਾ ਸਿੰਘ ਜੀ ਦਰਬਾਰ ਸਿੰਘ ਜੀ ਕਿਸ ਤਰੀਕੇ ਨਾਲ ਦੇਖਦੇ ਜਿਵੇਂ ਆਪਾਂ ਪਹਿਲਾਂ ਜਾਣਕਾਰੀ ਦਿੱਤੀ ਹੈ ਕਿ ਸਬਜ਼ੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਠੰਡ ਦਾ ਸਬਜ਼ੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਜੀ ਪਸ਼ੂਆਂ ਨੂੰ ਇੰਨਾ ਨੁਕਸਾਨ ਹੈ ਬੰਦਾ ਤਾਂ ਹੱਥ ਪੈਰ ਚਾਲਦੇ ਨੇ ਬੋਲ ਕੇ ਦੱਸ ਦਿੰਦਾ ਹੈ ਵੱਧ ਕਪੜਾ ਲੈ ਲੈਂਦਾ ਹੈ ਉਹਨਾਂ ਨੂੰ ਨਾ ਬੋਲ ਸਕਦੇ ਨੇ ਉਹ ਫਾਹੇ ਦਿੱਤੇ ਖੜੇ ਨੇ ਨਾ ਉਹ ਬਾਹਰ ਕੱਢ ਸਕਦੇ ਆ ਉਹਨਾਂ ਦਾ ਬੁਰਾ ਹਾਲ ਆ ਜੀ ਮੱਝਾਂ ਦਾ ਇੰਨਾ ਪਸ਼ੂਆਂ ਦਾ ਬੁਰਾ ਹਾਲ ਹੈ ਬਸ ਤੁਸੀਂ ਕੁਝ ਕਹੇ ਨਹੀਂ ਅਸੀਂ ਸਕਦੇ ਤਾਂ ਦੁੱਧ ਦਾ ਵੀ ਫਰਕ ਪੈਂਦਾ ਹੋਊਗਾ ਜਦੋਂ ਠੰਡ ਲੱਗਦੀ ਆ ਦੁੱਧ ਵੀ ਪੰਜ ਵਾਲੀ ਤਿੰਨ ਤੇ ਆ ਗਈ ਜਿਹਦੀ ਪੰਜ ਸੱਤ ਫਾਇੜਾ ਉਹ ਤਿੰਨ ਫਾਇੜਾ ਉੱਤੇ ਆ ਗਈ ਬਹੁਤ ਬੁਰਾ ਹਾਲਾਤ ਦਾ ਬੋਲ ਕੇ ਨਹੀਂ ਦੱਸ ਸਕਦੇ ਬੰਦਾ ਤਾਂ ਬੋਲ ਕੇ ਬਹੁਤ ਕੁਝ ਦੱਸ ਸਕਦਾ ਸਬਜ਼ੀਆਂ ਕਿਹੜੀਆਂ ਕਿਹਨੇ ਬੀਜੀਆਂ ਹੋਏ ਨੇ ਜਿਹੜੀਆਂ ਹੁਣ ਇਸ ਵਕਤ ਠੰਡ ਦੇ ਕਾਰਨ ਨੁਕਸਾਨੀਆਂ ਜਾ ਰਹੀਆਂ ਨੇ ਟਾਈਮ ਦੇ ਉੱਤੇ ਹੁੰਦੀ ਆ ਤਣੀਆਂ ਪਾਲਕ ਮੇਥੇ ਗੋਭੀ ਗੋਭੀ ਤੇ ਪਾਲਕ ਮਟਰ ਮਟਰਾਂ ਨੂੰ ਆ ਰਾ ਆਲੂ ਆਲੂ ਮਟਰ ਨੂੰ ਬੜਾ ਜਿਆਦਾ ਨੁਕਸਾਨ ਹੈ ਜੀ ਦਾ ਠੀਕ ਹੈ ਹਾਂ ਗੋਭੀ ਨੂੰ ਵੀ ਨੁਕਸਾਨ ਹੈ ਸਾਰੀਆਂ ਫਸਲਾਂ ਨੂੰ ਪਰ ਮਟਰ ਤੇ ਇਹਨੂੰ ਆ ਲੋ ਨੂੰ ਬੜਾ ਜ਼ਿਆਦਾ ਨੁਕਸਾਨ ਆਇਆ। ਬਿਲਕੁਲ ਬੱਚਿਆਂ ਦੀ ਵੀ ਤਸਵੀਰ ਦਿਖਾਵਾਂਗੇ ਕਿ ਸਕੂਲਾਂ ਦੇ ਵਿੱਚ ਬੱਚੇ ਜਾ ਰਹੇ ਨੇ ਪੂਰੇ ਇਸ ਵਕਤ कसे ਹੋਏ ਨੇ ਠੰਡ ਦੇ ਵਿੱਚ ਪੂਰੇ ਤੈਰਿ ਗਤੀ ਹੋਈ ਆ। ਹਾਂਜੀ। ਠੰਡ ਲੱਗਦੀ ਆ। ਹਾਂਜੀ। ਤਾਂ ਸਕੂਲ ਜਾਣੇ ਹੋ ਤਾਂ ਮੋٹے ਕੱਪੜੇ ਪਾ ਕੇ ਜਾਣੇ ਪੂਰੇ। ਹਾਂਜੀ। ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਸਰ ਤੁਸੀਂ ਠੰਡ ਜਿਹੜੀ ਵਧੀ ਹੋਈ ਆ ਇੰਨੀ ਜ਼ਿਆਦਾ ਤਾਂ ਬੱਚਿਆਂ ਦੇ ਲਈ ਖਾਸ ਕਰਕੇ ਡਾਕਟਰ ਕਹਿ ਰਹੇ ਨੇ ਵੀ ਜਿਹੜੇ ਆਪਣੇ ਕੱਪੜੇ ਬੱਚਿਆਂ ਦੇ ਮੋٹے ਪਾ ਕੇ ਰੱਖੋ ਚੀਜ਼ ਨੂੰ ਕਿਵੇਂ ਦੇਖਦੇ? ਕੱਪੜੇ ਕੀ ਕਰਨਗੇ ਠੰਡੇ ਬਾਈ ਬਾੜੀ ਹੈ ਬਹੁਤ ਜ਼ਿਆਦੇ ਹੱਦ ਤੋਂ ਵੱਧ ਹੈ ਹਮ ਬੱਚੇ ਪਣ ਸਕੂਲ ਚ ਠੋਠਰ ਕਰਦੇ ਜਾਂਦੇ ਨੇ ਠੋਠਰ ਕਰਦੇ ਆਉਂਦੇ ਨੇ ਹੈ ਆ ਟਾਈਮ ਤੇ ਗਵਰਨਮੈਂਟ ਨੂੰ ਚਾਹੀਦਾ ਇਹਨਾਂ ਨੂੰ ਛੁੱਟੀਆਂ ਚਾਹੀਦੀਆਂ ਨੇ ਛੋਟੇ ਬੱਚਿਆਂ ਨੂੰ ਕਰਨੀਆਂ ਇੱਕ ਹੋਰ ਵੀ ਕਿਹਾ ਜਾ ਰਿਹਾ ਕਿ ਆਪਣੇ ਘਰਾਂ ਦੇ ਵਿੱਚ ਕਈ ਲੋਕ ਹੀਟਰ ਲਗਾ ਕੇ ਬਹਿ ਜਾਂਦੇ ਨੇ ਪੱਠੀ ਲਾਲ ਦਿੰਦੇ ਨੇ ਉਹਦੇ ਨਾਲ ਕਈ ਵਾਰ ਆਕਸੀਜਨ ਘੱਟ ਜਾਂਦੀ ਹੈ ਮੌਤ ਹੋ ਜਾਂਦੀ ਹੈ ਉਹ ਚੀਜ਼ ਨੂੰ ਵੀ ਸਾਫ਼ ਤੌਰ ਤੇ ਕਿਹਾ ਜਾਂਦਾ ਕਿ ਇਦਾਂ ਦੇ ਜਿਹੜੇ ਕੰਮ ਨੇ ਨਾ ਕਰੋ ਹਾਂ ਜੀ ਬੰਦ ਕਰ ਲੇ ਬਾੜ ਮੋਰੀਆਂ ਕਈ ਵਾਰੀ ਲਾ ਕੇ ਰਾਤ ਨੂੰ ਸੌਂ ਜਾਂਦੇ ਨੇ ਤੇ ਆਕਸੀਜਨ ਮੁੱਕ ਜਾਂਦੀ ਹੈ ਬੇਹੋਸ਼ ਹੋ ਜਾਂਦੇ ਨੇ ਕਈ ਵਾਰੀ ਮੌਤ ਵੀ ਹੋ ਜਾਂਦੀ ਹੈ ਗੱਲ ਤੇ ਆ ਉਹ ਜਿਹੜਾ ਬਾੜ ਬੰਦ ਕਰਕੇ ਅੰਦਰ ਧੂਈ ਲਾਉਣੀ ਜਾਂ ਹੀਟਰ ਵਗੈਰਾ ਲਾਉਣਾ ਤਾਂ ਬਿਲਕੁਲ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜੀ ਠੰਡ ਆ ਉਹ ਤੋਂ ਬਚਣ ਦੇ ਜਿਹੜੇ ਤਰੀਕੇ ਨੇ ਅਪਣਾਏ ਜਾ ਰਹੇ ਨੇ ਇਸ ਵਕਤ ਧੂਣੀਆਂ ਲਾ ਕੇ ਜਿਵੇਂ ਲੋਹੜੀ ਨੂੰ ਧੂਣੀਆਂ ਲੱਗਦੀਆਂ ਨੇ ਉਸ ਤਰੀਕੇ ਨਾਲ ਜਿਹੜੇ ਲੋਕ ਨੇ ਧੋਣੀਆਂ ਲਗਾ ਕੇ ਕਿਤਨੇ ਕਿਤੇ ਠੰਡ ਤੋਂ ਬਚਣ ਦੀ ਜਿਹੜੀ ਕੋਸ਼ਿਸ਼ ਆ ਕਰ ਰਹੇ ਨੇ ਮੌਸਮ ਵਿਭਾਗ ਨੇ ਜੀ ਜਾਣਕਾਰੀ ਦਿੱਤੀ ਕਿ 50 ਸਾਲ ਦੇ ਬਾਅਦ ਜਿਹੜੇ ਇਦਾਂ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਬਣੇ ਨੇ ਇਸ ਦਿਨਾਂ ਦੇ ਵਿੱਚ ਇੰਨੀ ਜਿਆਦਾ ਠੰਡ ਪਈ ਹੈ ਜਿੰਨੀ ਕਿ ਤਕਰੀਬਨ 50 ਸਾਲ ਬਾਅਦ ਜਿਹੜੀ ਠੰਡ ਪਈ ਹੈ ਪਰ ਇਹੀ ਅਸੀਂ ਵੀ ਇੱਕ ਤੁਹਾਨੂੰ ਸੁਨੇਹਾ ਦੇ ਰਹੇ ਹਾਂ ਇੱਕ ਮੈਸੇਜ ਦੇ ਰਹੇ ਹਾਂ ਕਿ ਆਪਣੇ ਬੱਚਿਆਂ ਨੂੰ ਠੰਡ ਤੋਂ ਬਚਾ ਕੇ ਰੱਖੋ ਮੋٹے ਕੱਪੜੇ ਪਾ ਕੇ ਰੱਖੋ ਤੇ ਅਗਰ ਸਕੂਲ ਵਗੈਰਾ ਬੱਚੇ ਜਾਂਦੇ ਨੇ ਤਾਂ ਉਹਨਾਂ ਨੂੰ ਪੂਰਾ ਜਿਹੜਾ ਹੈਗਾ ਪੂਰਾ ਮੋٹے ਕੱਪੜੇ ਪਾ ਕੇ ਪੂਰਾ ਤਿਆਰ ਕਰਕੇ ਫਿਰ ਸਕੂਲ ਭੇਜਿਆ ਜਾਵੇ ਤਾਂ ਸਭ ਤੋਂ ਵੱਡਾ ਜਿਹੜਾ ਸੁਨੇਹਾ ਦੇ ਰਹੇ ਆ ਕਿ ਠੰਡ ਤੋਂ ਬਚਣ ਦੇ ਲਈ ਪੂਰੇ ਦਰਵਾਜ਼ੇ ਖਿੜਕੀਆਂ ਬੰਦ ਕਰਕੇ ਆਪਣੇ ਘਰਾਂ ਦੇ ਵਿੱਚ ਹੀਟਰ ਨਾ ਲਗਾਓ ਕਿਉਂਕਿ ਉਸ ਦੇ ਨਾਲ ਜਿਹੜੀ ਆਕਸੀਜਨ ਗੈਸ ਆ ਉਹ ਖਤਮ ਹੋ ਜਾਂਦੀ ਤੇ ਕਈ ਵਾਰ ਵੱਡੇ ਜਿਹੜੇ ਹਾਸੇ ਨੇ ਇਸ ਤਰੀਕੇ ਦੇ ਨਾਲ ਹੋ ਜਾਂਦੇ ਨੇ ਚਰਨਜੀਤ ਕੌਸ਼ਲ ਸੰਗਰੂਰ ਤੋਂ ਨਿਊਜ਼ ਇਟਿੰਗ ਪੰਜਾਬ